ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ ਤੇ ਮੈਂ ਹਾਂ ਵਿਕਰਮ ਗਿੱਲ ਅੱਜ ਅਸੀਂ ਪਹੁੰਚੇ ਹਾਂ ਪਿੰਡ ਬਲਪੁਰੀਆਂ ਦੇ ਵਿੱਚ ਪੁਰੀਆਂ ਜਿਹੜਾ ਪਿੰਡ ਹੈ ਉੱਥੇ ਪੁਰੀਆਂ ਕਲਾਂ ਉੱਥੇ ਪਹੁੰਚੇ ਹਾਂ ਉੱਥੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸਾਰੇ ਪਰਿਵਾਰ ਦੇਖ ਸਕਦੇ ਹੋ ਤੁਸੀਂ ਇਹ ਪਰਿਵਾਰ ਜਿਹੜੇ ਨੇ ਜਾਣਕਾਰੀ ਦੇਣ ਲਈ ਸਾਡੇ ਨਾਲ ਖੜੇ ਨੇ ਕਿਉਂਕਿ ਗੋਲੀਆਂ ਪਰਸੋਂ ਰਾਤ ਘਰ 'ਤੇ ਚਲਾਈਆਂ ਗਈਆਂ ਸਾਢੇ ਕੁ 10 ਵਜੇ ਦਾ ਟਾਈਮ ਦੱਸਿਆ ਜਾਂਦਾ ਔਰ ਜਿਹੜੀ ਆ ਟੈਂਕੀ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਇਸ ਟੈਂਕੀ ਦੇ ਵਿੱਚ ਗੋਲੀਆਂ ਵੱਜੀਆਂ ਨੇ ਇੱਥੋਂ ਪੁਲਿਸ ਨੇ ਦੋ ਖੋਲ ਵੀ ਬਰਾਮਦ ਕੀਤੇ ਨੇ ਜਿੱਦਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਅਤੇ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਰੀਆਂ ਕਿ ਇਹ ਜਿਹੜੀਆਂ ਗੋਲੀਆਂ ਨੇ ਇਸ ਤੋਂ ਪਹਿਲੇ ਗੋਲੀਆਂ ਚਲਾਉਣ ਤੋਂ ਪਹਿਲੇ ਉਹਨਾਂ ਨੇ ਕੈਮਰੇ ਨੂੰ ਤੋੜਿਆ ਗਿਆ ਇਹ ਵੀ ਤੁਹਾਨੂੰ ਸੀਸੀਟੀਵੀ ਦਿਖਾ ਰਹੇ ਹਾਂ ਤੁਹਾਨੂੰ ਫੁਟੇਜ ਦਿਖਾ ਰਹੇ ਹਾਂ ਇੱਕ ਨਕਾਬਪੋਸ਼ ਆ ਰਿਹਾ ਹੈ ਨਕਾਬਪੋਸ਼ ਵਿਅਕਤੀ ਆਉਂਦਾ ਹੈ ਉਹ ਸੀਸੀਟੀਵੀ ਨੂੰ ਪਹਿਲੇ ਬੰਦ ਕਰਦਾ ਹੈ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਹੇਠਾਂ ਸੁੱਟ ਦਿੰਦਾ ਹੈ ਉਸ ਤੋਂ ਬਾਅਦ ਇਹ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਸ ਸਮੇਂ ਸਿਰਫ ਘਰ ਦੇ ਵਿੱਚ ਦੋ ਜੀ ਮੌਜੂਦ ਹੁੰਦੇ ਨੇ ਹਸਬੈਂਡ ਵਾਈਫ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਬਾਹਰ ਕੰਮਾਂ ਧੰਦੇ 'ਤੇ ਹੁੰਦੇ ਨੇ ਸਾਰੀ ਜਾਣਕਾਰੀ ਲੈਂਦੇ ਹਾਂ ਕਿ ਕਿਵੇਂ ਇਹ ਸਾਰਾ ਮਾਮਲਾ ਹੈ ਇਹ ਸਾਰੇ ਪਿੰਡ ਦੇ ਲੋਕ ਵੀ ਉਹਨਾਂ ਦੇ ਨਾਲ ਇਕੱਠੇ ਹੋਏ ਨੇ ਇਹ ਭੈਣ ਜੀ ਉਹਨਾਂ ਨੂੰ ਤੁਹਾਨੂੰ ਦਿਖਾ ਦੇ ਹਾਂ ਤੁਹਾਨੂੰ ਤਸਵੀਰਾਂ ਇਹਨਾਂ ਦਾ ਘਰ ਹੈ ਇਹਨਾਂ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਇਹ ਸੀਸੀਟੀਵੀ ਕੈਮਰੇ ਲੱਗੇ ਨੇ ਸਾਰੇ ਘਰ ਦੇ ਵਿੱਚ ਇਹ ਵੀ ਪੁੱਛਾਂਗੇ ਵੀ ਆਖਿਰ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੀ ਕਿਉਂ ਜ਼ਰੂਰਤ ਪੈ ਗਈ ਸੀਗੀ ਉਸ ਤੋਂ ਇਲਾਵਾ ਗੋਲੀਆਂ ਚਲਾਉਣ ਵਾਲੇ ਕੌਣ ਲੋਕ ਸਨ ਭੈਣ ਜੀ ਕੀ ਨਾਮ ਤੁਹਾਡਾ ਜੀ ਕਸ਼ਮੀਰ ਕੌਰ ਕਿਹੜਾ ਪਿੰਡ ਹੈ ਜੀ ਪੁਰੀਆਂ ਕਲਾਂ ਅੱਛਾ ਕੀ ਹੋਇਆ ਮਾਮਲਾ ਕਿੱਦਾਂ ਗੋਲੀਆਂ ਚਲਾਈਆਂ ਕਿਹਨਾਂ ਨੇ ਚਲਾਈਆਂ ਪਤਾ ਲੱਗਾ ਕੁਝ ਜੀ ਸਾਢੇ ਕੁ 10 ਵਜੇ ਖੜਕਾ ਹੋਇਆ ਗੋਲੀਆਂ ਦੀ ਆਵਾਜ਼ ਆਈ ਹੈ ਅਤੇ ਅਸੀਂ ਉੱਠ ਕੇ ਵੇਖਿਆ ਅਤੇ ਉਹ ਟੈਂਕੀ ਦੇ ਵਿੱਚ ਕੁਝ ਵੱਜੀਆਂ ਕੁਝ ਟੈਂਕੀ ਦੇ ਪਾਟਰਨ 'ਚ ਵੱਜੀਆਂ ਅਤੇ ਫਿਰ ਮਤਲਬ ਉਹ ਭੱਜ ਗਏ ਸਾਨੂੰ ਉਹਨਾਂ ਦਾ ਲੱਭਾ ਕੁਝ ਕੈਮਰੇ 'ਚ ਕੁਝ ਆਏ ਆ ਕੈਮਰਾ ਵੀ ਤੋੜਿਆ ਉਹਨਾਂ ਨੇ ਅਤੇ ਉਹ ਤੋੜਨ ਦੀ ਸਾਰਾ ਤੋੜ ਕੇ ਹੇਠਾਂ ਸੁੱਟ ਦਿੱਤਾ ਉਸ ਸਮੇਂ ਕੌਣ ਕੌਣ ਘਰ ਦੇ ਵਿੱਚ ਮੌਜੂਦ ਸੀਗੇ ਅਸੀਂ ਦੋਨੇ ਜੀ ਹੀ ਮੈਂ ਅਤੇ ਮੇਰਾ ਹਸਬੈਂਡ ਹਾਂਜੀ ਮੌਜੂਦ ਸੀ ਕੀ ਕਰਦੇ ਤੁਹਾਡੇ ਹਸਬੈਂਡ ਅਤੇ ਮਿਸਤਰੀ ਦਾ ਕੰਮ ਕਰਦੇ ਅਤੇ ਬਾਕੀ ਹੋਰ ਪਰਿਵਾਰ ਘਰ ਕਾਫੀ ਵੱਡਾ ਦਿਖ ਰਿਹਾ ਪਿੰਡ ਦੇ ਵਿੱਚ ਛੋਟੇ ਘਰ ਦੇ ਨੂੰ ਹੁੰਦੇ ਆ ਕਮਰੇ ਨੇ ਅਤੇ ਤੁਸੀਂ ਇਕੱਲੇ ਦੋਨੋਂ ਰਹਿੰਦੇ ਤੁਹਾਡੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਰਹਿੰਦਾ ਪਰਿਵਾਰ 'ਚ ਹੋਰ ਕੋਈ ਦਿਨ ਘਰੇ ਰਹਿੰਦਾ ਵੀਰੇ ਮੇਰੇ ਬੇਟੇ ਦੇ ਉੱਤੇ ਝੂਠਾ ਪਰਚਾ ਹੋਇਆ ਸੀ ਪੁਲਿਸ ਨੇ ਕੀਤਾ ਸੀ ਉਦੋਂ ਦਾ ਮੇਰਾ ਬੇਟਾ ਨਹੀਂ ਘਰੇ ਰਹਿੰਦਾ ਅਤੇ ਜਿਹੜਾ ਛੋਟਾ ਵੀ ਨਹੀਂ ਆਉਂਦਾ ਵੀ ਉਹਦਾ ਕਰਕੇ ਵੀ ਇਹਨੂੰ ਅੱਗੇ ਝੂਠੇ ਪਰਚੇ 'ਚ ਫਸਾਇਆ ਵੀ ਕਿਤੇ ਮੈਨੂੰ ਵੀ ਨਾ ਫਸਾ ਦੇਣ ਅਤੇ ਇਸ ਕਰਕੇ ਅਸੀਂ ਦੋਨੇ ਜੀ ਰਹਿੰਦੇ ਹਾਂ ਘਰ ਹੋਰ ਕੋਈ ਕਿਹੜਾ ਪਰਚਾ ਹੋ ਗਿਆ ਸੀ ਉਹਨਾਂ ਦਾ ਉਹਨਾਂ 'ਤੇ ਨਸ਼ੇ ਦਾ ਪਾਇਆ ਸੀ ਉਹਨਾਂ ਨੇ ਮਤਲਬ ਸੁੱਤੇ ਨੂੰ ਘਰੋਂ ਠਾਲ ਕੇ ਖੜਿਆ ਅਤੇ ਬਾਅਦ 'ਚ ਨਾਕਾ ਬਣਾ ਦਿੱਤਾ ਅਤੇ ਉਹਦੇ 'ਤੇ ਮਤਲਬ ਨਸ਼ੇ ਦੇ ਕੈਪਸੂਲ ਗੋਲੀਆਂ ਪਾਈਆਂ ਸਾਰੀਆਂ ਉਹਨਾਂ ਨੇ ਅਤੇ ਹੁਣ ਉਹ ਕਿੱਥੇ ਆ ਜੇਲ 'ਚ ਹੈ ਕਿ ਕਿੱਥੇ ਹੈਗਾ ਨਹੀਂ ਉਹ ਜੇਲ 'ਚੋਂ ਜਦੋਂ ਦਾ ਆਇਆ ਨਾ ਉਦੋਂ ਦਾ ਹੀ ਘਰੇ ਨਹੀਂ 2 ਸਾਲ ਹੋ ਗਏ ਆ ਵੀ ਸਾਨੂੰ ਪਤਾ ਨਹੀਂ ਉਹ ਕਿੱਥੇ ਰਹਿੰਦਾ ਜੇਲ 'ਚ ਜਮਾਨਤ 'ਚੋਂ ਹਾਂ ਜਮਾਨਤ 'ਚੋਂ ਆ ਕੇ ਉਦੋਂ ਬਾਅਦ ਘਰੇ ਨਹੀਂ ਵੜਿਆ ਦੂਸਰਾ ਮੁੰਡਾ ਗੱਡੀ ਚਲਾਉਂਦਾ ਨਾਗਪੁਰ ਹਾਂਜੀ ਉਹ ਵੀ ਨਹੀਂ ਘਰੇ ਆਉਂਦਾ ਡਰਦਾ ਵੀ ਮੇਰੇ 'ਤੇ ਨਾ ਪਰਚਾ ਹੋ ਜਾਵੇ ਦੁਬਾਰਾ ਸ਼ੱਕ ਹੈਗਾ ਕਿ ਗੋਲੀਆਂ ਕਿੰਨੇ ਚਲਾਈਆਂ ਹੋ ਸਕਦੀਆਂ ਵੀਰੇ ਸ਼ੱਕ ਕਿਸੇ 'ਤੇ ਨਹੀਂ ਪਰ ਕਈ ਵਾਰ ਮੁੰਡੇ ਆਉਂਦੇ ਰਹੇ ਆ ਉਹ ਇਹ ਪੁੱਛਦੇ ਹੁੰਦੇ ਸੀ ਵੀ ਸਿਮਰਨਜੀਤ ਕਿੱਥੇ ਆ ਅਤੇ ਸਾਨੂੰ ਲੱਗਦਾ ਵੀ ਉਹਦੀ ਇਹ ਹੀ ਮਾਮਲਾ ਵਾ ਕੋਈ ਰੰਜਿਸ਼ ਨਾ ਕੋਈ ਉਹਦੇ ਨਾਲ ਕੋਈ ਰੰਜਿਸ਼ ਕੱਢਣ ਦੀ ਕੋਸ਼ਿਸ਼ ਕਰਦਾ ਕਿੱਦਾਂ ਦੀ ਰੰਜਿਸ਼ ਹੋ ਸਕਦੀ ਪਰਚਾ ਕਿੱਦਾਂ ਦਰਜ ਹੋ ਗਿਆ ਸੀਗਾ ਕਿੰਨੇ ਰੰਜਿਸ਼ ਕੀਤੀ ਸੀਗੀ ਕੋਈ ਦੱਸ ਸਕਦੇ ਕੋਈ ਹਾਂਜੀ ਇਹ ਮੁੰਡਿਆਂ ਦੇ ਵਿੱਚ ਇਹਨਾਂ ਦੀ ਕੁੱਟਮਾਰ ਕੋਈ ਹੋਈ ਸੀ ਉੱਧਰ ਉੱਧਰ ਉਹਨਾਂ ਨੇ ਫਿਰ ਜਦੋਂ ਬਾਅਦ 'ਚ ਉਹਨਾਂ ਪਰਚਾ ਕਰਾਤਾ ਸੀ ਝੂਠਾ ਪਰਚਾ ਕਰਾਤਾ ਇੱਦਾਂ ਉੱਤੇ ਹਾਂਜੀ ਇਹ ਕੈਮਰੇ ਲਵਾਉਣ ਦੀ ਕੀ ਜ਼ਰੂਰਤ ਪੈ ਗਈ ਤੁਹਾਨੂੰ ਕੈਮਰੇ ਲੱਗੇ ਨੇ ਪਿੰਡਾਂ 'ਚ ਤਾਂ ਨਾਰਮਲ ਲੋਕਾਂ ਨੇ ਨਹੀਂ ਲਵਾਏ ਹੁੰਦੇ ਤੁਸੀਂ ਲਵਾਏ ਹਾਂਜੀ ਵੀਰ ਜੀ ਘਰੋਂ ਠਾਲ ਕੇ ਖੜਿਆ ਸੀ ਉਹਨੂੰ ਸੁੱਤੇ ਨੂੰ ਬੈੱਡ ਤੋਂ ਅਤੇ ਬਾਅਦ ਦੇ ਵਿੱਚ ਇਹਨਾਂ ਦਾ ਨਾਕਾ ਬਣਾ ਕੇ ਪਰਚਾ ਪੇਸ਼ ਕੀਤਾ ਵੀ ਉਹ ਨਾਕੇ ਤੋਂ ਫੜਿਆ ਇਸ ਕਰਕੇ ਸਾਨੂੰ ਵਕੀਲ ਨੇ ਦੱਸਿਆ ਵੀ ਜੇ ਤੁਹਾਡੇ ਘਰ ਕੈਮਰੇ ਲੱਗੇ ਹੁੰਦੇ ਤਾਂ ਇਹ ਪਰਚਾ ਨਹੀਂ ਸੀ ਬਣ ਸਕਦਾ ਇਸ ਕਰਕੇ ਅਸੀਂ ਬਾਅਦ 'ਚ ਫਿਰ ਕੈਮਰੇ ਲਵਾਏ ਹਾਂਜੀ ਸੋ ਤੁਸੀਂ ਦੇਖ ਸਕਦੇ ਸੁਣ ਸਕਦੇ ਹੋ ਕਿ ਤਸਵੀਰਾਂ ਕਿ ਸਾਰੀਆਂ ਗੱਲਾਂ ਦੱਸੀਆਂ ਨੇ ਉਹਨਾਂ ਨੇ ਕਿ ਕੈਮਰੇ ਲਵਾਉਣ ਦਾ ਕਾਰਨ ਵੀ ਪੁਲਿਸ ਦਾ ਹੀ ਦੱਸਿਆ ਜਾ ਰਿਹਾ ਹੁਣ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਜੀ ਪਤਾ ਨਹੀਂ ਅਜੇ ਨਹੀਂ ਕੋਈ ਕੀਤੀ ਕੱਲ੍ਹ ਵੇਖ ਕੇ ਚਲੇ ਗਏ ਜੀ ਕੁਝ ਬਰਾਮਦ ਹੀ ਹੋਈ ਹਾਂਜੀ ਖੋਲ ਬਰਾਮਦ ਹੋਏ ਜਿਹੜੇ ਉਹ ਲੈ ਗਏ ਕਿੰਨੇ ਖੋਲ ਬਰਾਮਦ ਦੋ ਬਰਾਮਦ ਹੋਏ ਇੱਕ ਟੈਂਕੀ ਦੇ ਵਿੱਚ ਅਤੇ ਇੱਕ ਟੈਂਕੀ ਤੋਂ ਬਾਹਰ ਸੀ ਕਿੰਨੀਆਂ ਕੁ ਗੋਲੀਆਂ ਚੱਲੀਆਂ ਅਤੇ ਕਿੱਥੇ ਕਿੱਥੇ ਵੱਜੀਆਂ ਪਤਾ ਨਹੀਂ 4 ਗੋਲੀਆਂ ਚੱਲੀਆਂ ਪਰ 2 ਖੋਲ ਲੱਭੇ 2 ਨਹੀਂ ਲੱਭੇ ਪਤਾ ਨਹੀਂ ਉਹ 2 ਕਿੱਥੇ ਮਾਰੀਆਂ ਜਾਂ ਲੈ ਗਏ ਆ ਜਾਂ ਕੀ ਹਿਸਾਬ 2 ਨਹੀਂ ਮਿਲੀਆਂ ਕਿੰਨੇ ਕੁ ਬੰਦੇ ਲੱਗਦੇ ਸੀਗੇ ਕਿੰਨੇ ਕੁ ਹੋ ਸਕਦੇ ਆ ਲੋਕ ਗੋਲੀਆਂ ਜੇ ਨਹੀਂ ਪਤਾ ਬਸ ਇੱਕ ਹੀ ਸਾਨੂੰ ਤਾਂ ਇੱਕ ਹੀ ਦਿਸਦਾ ਵਾ ਕੈਮਰੇ ਦੇ ਵਿੱਚ ਜਿਹੜਾ ਉੱਪਰ ਚੜ੍ਹ ਕੇ ਉਹਨੂੰ ਮਰੋੜਦਾ ਪਿਆ ਕੈਮਰੇ ਨੂੰ ਹਾਂਜੀ ਹੋ ਸਕਦਾ ਕੈਮਰਾ ਮਰੋੜਨ ਤੋਂ ਬਾਅਦ 'ਚ ਬਾਕੀ ਸਾਹਮਣੇ ਆਏ ਹੋਣ ਇਹ ਨਹੀਂ ਪਤਾ ਪਹਿਲੋਂ ਕੈਮਰੇ 'ਚ ਤਾਂ ਇੱਕ ਹੀ ਆ ਉਹ ਕੈਮਰੇ ਵਾਲੇ ਦੀ ਪਛਾਣ ਆਈ ਕੋਈ ਕਿ ਨਹੀਂ ਪਛਾਣ ਨਹੀਂ ਆਈ ਉਹਨੇ ਮੂੰਹ ਵੱਧਾ ਆ ਉਹਦੀ ਪਛਾਣ ਨਹੀਂ ਆਈ ਕੋਈ ਅੱਛਾ ਵੀਰੇ ਤੁਸੀਂ ਇੱਥੇ ਪਿੰਡ ਦੇ ਰਹਿਣ ਨਹੀਂ ਜੀ ਮੇਰਾ ਪਿੰਡ ਦਨਿਆਲ
ਮੈਂ ਆਪਣੀ ਭੈਣ ਕੋਲ ਰਹਿਣਾ। ਅੱਛਾ, ਇਹ ਜਿਹੜਾ ਮਾਮਲਾ ਹੋਇਆ ਜਾਣਦੇ ਤੁਸੀਂ ਇਹਦੇ ਕੋਈ ਗੋਲੀਆਂ ਗਾਲੀਆਂ ਚਲਾਈ? ਮੈਂ ਉਸ ਟਾਈਮ ਸੁੱਤਾ ਸੀ ਤੇ ਬਾਅਦ 'ਚ ਰੌਲਾ ਪਿਆ ਤੇ ਉਦੋਂ ਹੀ ਆਏ ਇੱਥੇ ਆ ਲਾਗੇ ਘਰ ਸਾਡਾ। ਬਾਅਦ 'ਚ ਰੌਲਾ ਪਿਆ ਤੇ ਬਾਅਦ 'ਚ ਸਾਰੇ ਜਣੇ ਇਕੱਠੇ ਹੋਏ ਇੱਥੇ। ਤੁਹਾਨੂੰ ਵਾਜਾਂ ਵੂਜਾਂ ਤਾਂ ਸੁਣੀਆਂ ਹੋਣੀਆਂ ਵੀ ਗੋਲੀਆਂ? ਹਾਂਜੀ, ਵਾਜ ਫੈਰ ਤੇ ਵੱਜਦੀ ਸੁਣੀ, ਚਾਰ ਫੈਰ ਹੋਏ। ਹਾਂਜੀ, ਉਹ ਤੋਂ ਬਾਅਦ ਬਾਹਰ ਰੌਲਾ ਪਿਆ ਇੱਥੇ। ਸਹਿਮ ਗਏ ਹੋਣਗੇ ਸਭ ਲੋਕ? ਹਾਂਜੀ, ਸਾਰੇ ਸਹਿਮ ਗਏ, ਸਾਡੇ ਤਾਂ ਘਰ ਦੇ ਬਿਮਾਰ ਹੋ ਗਏ ਉਦਣ ਦੇ। ਹਾਂਜੀ, ਮੁੰਡਾ ਪਲਾ ਕਿੰਨਾ ਭੋਲਾ ਵਿਚਾਰਾ, ਇਹ ਕਰਕੇ ਹੁਣ ਆਂਦਾ ਨੀ ਵਿਚਾਰਾ। ਉਹ ਵਿਚਾਰੇ ਤੇ ਜਦੋਂ ਇਦਾਂ ਦਾ ਕੰਮ ਹੋਇਆ ਫਿਰ ਭੱਜਣਾ ਪੈਣਾ ਵਿਚਾਰੇ ਨੂੰ, ਘਰਦੇ ਵੀ ਰੋਂਦੇ ਵਿਚਾਰੇ ਵੀ ਕੀ ਕਰੀਏ। ਇੱਕ ਝੂਠੇ ਪਰਚੇ ਨੇ ਉਜਾੜ ਦਿੱਤਾ ਸਾਰਾ, ਘਰ ਆਇਆ ਖੇਰੂ ਖੇਰੂ ਕਰਤਾ ਵਿਚਾਰਿਆਂ ਦਾ। ਹਾਂਜੀ, ਅਤੇ ਜਿਵੇਂ ਕਿ ਪੰਜਾਬ 'ਚ ਨਸ਼ਿਆਂ ਨੂੰ ਲੈ ਕੇ ਸਰਕਾਰ ਮੁਹਿੰਮਾਂ ਚਲਾ ਰਹੀ ਹੈ ਕਿ ਨਸ਼ਾ ਤਸਕਰਾਂ ਨੂੰ ਫੜਨਾ ਹੈ, ਇਹ ਪਰਿਵਾਰ ਦੀਆਂ ਗੱਲਾਂ ਸੁਣੀਆਂ ਤਾਂ ਇਹਨਾਂ ਦਾ ਪਰਿਵਾਰ ਨਸ਼ਾ ਕਰਕੇ ਨਹੀਂ, ਨਸ਼ੇ ਦੇ ਕਰਕੇ ਉੱਜੜ ਗਿਆ, ਕਿਉਂਕਿ ਪੁਲਿਸ ਦਾ ਕਰਕੇ ਅਸਲ ਦੇ ਵਿੱਚ ਕਹਿ ਰਹੇ ਨੇ, ਜਿਵੇਂ ਆਰੋਪ ਨੇ ਕਿ ਘਰੋਂ ਚੁੱਕਿਆ ਪੁਲਿਸ ਨੇ, ਉਸ ਤੋਂ ਬਾਅਦ ਪਰਚਾ ਦਰਜ ਕਰਤਾ। ਹੁਣ ਤੁਸੀਂ ਕੀ ਮੰਗ ਕਰਦੇ, ਪੁਲਿਸ ਨੇ ਕੋਈ ਕਾਰਵਾਈ ਕੀਤੀ ਤੁਹਾਡੀ? ਵੀਰ ਜੀ, ਅਜੇ ਕੋਈ ਕਾਰਵਾਈ ਨਹੀਂ ਕੀਤੀ, ਪਰ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਡਰ ਆ ਵੀ ਉਹ ਫਿਰ ਵੀ ਦੁਬਾਰਾ ਵੀ ਕਰ ਸਕਦੇ ਆ, ਜਿਹੜੇ ਇੱਕ ਵਾਰੀ ਕੀਤਾ ਉਹ ਹੁਣ ਤਾਂ ਚਲੋ ਬਾਹਰੋਂ ਮਾਰ ਕੇ ਚਲ ਗਏ, ਉਹ ਸਾਡੇ ਘਰ ਵੀ ਆ ਸਕਦੇ ਆ ਸਾਨੂੰ, ਅਤੇ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਸਾਨੂੰ ਸਾਡੀ ਸੁਰੱਖਿਆ ਵਾਸਤੇ ਕੁਝ ਕੀਤਾ ਜਾਵੇ। ਹਾਂਜੀ, ਸੁਰੱਖਿਆ ਤੁਹਾਡੀ ਮੰਗਦੇ? ਹਾਂਜੀ, ਸੁਰੱਖਿਆ ਵਾਸਤੇ ਕੁਝ ਕੀਤਾ ਜਾਵੇ, ਕਿਉਂਕਿ ਬਾਕੀ ਪਰਿਵਾਰ ਦੇ ਜੀ ਹੁਣ ਵੇਖੋ ਡਰ ਦੇ ਮਾਰੇ ਹੀ ਅੱਗੇ ਨਿਕਲੇ ਆ, ਹੁਣ ਅਸੀਂ ਦੋਵੇਂ ਜੀ ਰਹਿੰਦੇ ਹਾਂ ਤਾਂ ਹੁਣ ਅਸੀਂ ਕਿੱਥੇ ਜਾਈਏ? ਅਸੀਂ ਆਰਥਿਕ ਪੱਖੋਂ ਵੀ ਨਹੀਂ ਏਡੇ ਵਧੀਆ ਵੀ ਜੇ ਕਿਤੇ ਬਾਹਰ ਘਰ ਲੈ ਲਈਏ ਵੀ ਜਾਂ ਕਿੱਦਾਂ, ਮਜਬੂਰੀ ਨੂੰ ਸਾਨੂੰ ਰਹਿਣਾ ਪੈ ਰਿਹਾ। ਹਾਂਜੀ, ਘਰ ਦੇ ਹਾਲਾਤ ਵੀ ਇੱਦਾਂ, ਮਿਸਤਰੀ ਦਾ ਕੰਮ ਕਰਦੇ ਆ, ਤੁਹਾਨੂੰ ਪਤਾ ਕਿੰਨੀ ਕੁ ਕਮਾਈ ਹੁੰਦੀ ਘਰ, ਅਤੇ ਅਸੀਂ ਇੰਨੇ ਜੋਗੇ ਨਹੀਂ ਵੀ ਬਾਹਰ ਕਿਤੇ ਜਾ ਕੇ ਜਗ੍ਹਾ ਲੈ ਲਈਏ ਰਹਿ ਲਈਏ, ਅਤੇ ਅਸੀਂ ਮੰਗ ਕਰਦੇ ਵੀ ਸਾਨੂੰ ਸੁਰੱਖਿਆ ਦਿੱਤੀ ਜਾਵੇ। ਕੱਲ੍ਹ ਦੀ ਤੁਹਾਡੇ ਮਾਹੌਲ ਕਿੱਦਾਂ ਦਾ ਪਰਿਵਾਰ ਦੇ ਵਿੱਚ? ਵੀਰੇ, ਨਾ ਕਿਸੇ ਨੇ ਰੋਟੀ ਖਾਧੀ, ਨਾ ਸੁੱਤਾ, ਕੋਈ ਹਰ ਵੇਲੇ ਇਹ ਡਰ ਰਹਿੰਦਾ ਵੀ ਫੇਰ ਨਾ ਕੋਈ ਆ ਜਾਵੇ ਵੀ ਇਸ ਤਰ੍ਹਾਂ ਦੀ ਕਾਰਵਾਈ ਕਰਨ ਵਾਸਤੇ। ਤੁਹਾਨੂੰ ਕੀ ਲੱਗਦਾ ਕਿ ਮੁੰਡੇ ਨੂੰ ਕੁਝ ਕਰਨਾ? ਹਾਂਜੀ, ਮੁੰਡੇ ਦਾ ਕਰਕੇ ਆਏ ਆ, ਕਿਉਂਕਿ ਇਹ ਅੱਗੇ ਵੀ ਆਉਂਦੇ ਆ ਅਤੇ ਇਹ ਇੰਨਾ ਪੁੱਛਦੇ ਆ, ਮੈਨੂੰ ਪਛਾਣ ਨਹੀਂ ਕਿਸੇ ਦੀ, ਉਹ ਪੁੱਛਦੇ ਆ ਵੀ ਸਿਮਰਨ ਕਿੱਥੇ ਆ, ਤੇ ਮੈਨੂੰ ਲੱਗਦਾ ਵੀ ਉਹਦੇ ਕਰਕੇ ਆਏ ਆ ਵੀ ਉਹਨੂੰ ਅਣਜਾਣ ਹੁੰਦੇ ਕਿ ਪਿੰਡ ਦੇ ਅਣਜਾਣ? ਨਹੀਂ, ਪਿੰਡ ਦੇ ਨਹੀਂ, ਅਣਜਾਣ। ਉਹ ਕਦੀ ਕਿਤੇ ਦੇ ਦੱਸਦੇ, ਕਦੀ ਕਿਤੇ ਦੇ ਦੱਸਦੇ ਆ ਜਦੋਂ ਆਉਂਦੇ ਆ, ਅਤੇ ਉਹ ਆਣ ਕੇ ਪੁੱਛਦੇ ਆ ਵੀ ਕਿੱਥੇ ਸਿਮਾ ਕਿੱਥੇ ਆ, ਅਤੇ ਮੈਨੂੰ ਸ਼ੱਕ ਹੈ ਵੀ ਸ਼ਾਇਦ ਉਹ ਹੀ ਹੋਣਗੇ। ਹਾਂਜੀ, ਜਦੋਂ ਪੁੱਛ ਤੇ ਹੁਣ ਤੁਸੀਂ ਮੰਗ ਕਰਦੇ ਹੋ ਵੀ ਸੁਰੱਖਿਆ ਤੁਹਾਡੀ ਵਧਾਈ ਜਾਵੇ, ਸੁਰੱਖਿਆ ਵਧਾਈ ਜਾਵੇ। ਹਾਂਜੀ, ਸਾਡੀ ਸੁਰੱਖਿਆ। ਪਰਚੇ ਦੀ ਮੰਗ ਕੀਤੀ, ਪਰਚਾ ਦਰਜ ਕੀਤਾ ਕਿ ਨਹੀਂ ਇਸ ਮਾਮਲੇ ਦੇ ਵਿੱਚ ਹੁਣ ਤੱਕ ਪੁਲਿਸ ਨੇ? ਨਹੀਂ, ਅਜੇ ਕੋਈ ਨਹੀਂ ਦਰਜ ਕੀਤਾ। ਉਹ ਸਾਨੂੰ ਕਹਿੰਦੇ ਸੀ ਕਿਸੇ ਦਾ ਨਾਂ ਲਓ, ਮੈਂ ਕਿਹਾ ਸਾਨੂੰ ਅਸੀਂ ਕਿੱਦਾਂ ਨਾਂ ਲੈ ਦਈਏ ਵੀ ਸਾਡੇ ਸਾਨੂੰ ਪਛਾਣ ਨਹੀਂ ਆ ਰਹੀ ਬੰਦੇ ਦੀ ਵੀ ਕੌਣ ਆ, ਤੁਸੀਂ ਕਰੋ ਜੋ ਕਾਰਵਾਈ ਕਰਨੀ ਤੁਸੀਂ ਕਰੋ ਵੀ ਅਸੀਂ ਨਾਂ ਕਿਹਦਾ ਲੈ ਦਈਏ, ਜੇ ਪੱਕਾ ਸਬੂਤ ਹੋਵੇ ਫਿਰ ਤਾਂ ਨਾਂ ਲਈਏ ਵੀ ਚੱਲ ਇਹਨੇ ਕੀਤਾ ਜਾਂ ਉਹਨੇ ਕੀਤਾ, ਅਤੇ ਹੁਣ ਅਸੀਂ ਨਹੀਂ ਨਾ ਸਾਨੂੰ ਪਛਾਣ ਨਹੀਂ ਕਿਸੇ ਦੀ ਕਿਹਦਾ ਨਾਂ ਲਈਏ। ਭਾਜੀ, ਤੁਸੀਂ ਇਸੇ ਪਿੰਡ ਦੇ ਹੋ? ਹਾਂਜੀ, ਮੇਰਾ ਜੀ ਆਪ ਕੋ ਸਾਹਮਣੇ ਘਰ ਆ, ਸਾਹਮਣਾ ਸਾਡੇ ਘਰ ਪ੍ਰੋਗਰਾਮ ਚੱਲ ਰਿਹਾ ਸੀ, ਧਾਰਮਿਕ ਸਤਸੰਗ ਹੋ ਰਿਹਾ ਸੀ, ਅਸੀਂ ਭੋਗ ਪੈਣ ਡਿਆ ਸੀ, ਫਿਰ ਇਹਨਾਂ ਦੀ ਆਵਾਜ਼ ਸੁਣੀ ਆ, ਫਿਰ ਰੌਲਾ ਸੁਣਿਆ ਮੈਂ ਇੱਧਰ, ਅਤੇ ਫਿਰ ਅਸੀਂ ਆਏ ਹਾਂ ਬਾਅਦ 'ਚ। ਕਿੰਨੇ ਕੁ ਵਜੇ ਦੀ ਗੱਲ? ਇਹ ਕੋਈ 10 ਸਾਢੇ 10 ਦੀ ਗੱਲ ਰਾਤ। ਹਾਂਜੀ, ਰਾਤ ਦੀ। ਫਿਰ ਲੋਕ ਭੱਜਣਾ, ਕਾਫੀ ਇਕੱਠੇ ਹੋ ਗਏ ਲੋਕ, ਆਪਣਾ ਗਵਾਂਢ ਵੀ ਲਾਗੇ ਸਾਰੇ ਹੋ ਗਏ ਆ, ਹੋਰ ਵੀ ਜਿੱਥੇ ਜਿੱਥੇ ਆਵਾਜ਼ ਗਈ ਹੈ ਨਾ ਸਾਰੇ ਆ ਗਏ ਆ, ਸਾਰੇ ਚਲੋ ਵੇਖਿਆ ਵੀ ਕੰਮ ਤਾਂ ਮਾੜਾ ਹੀ ਆ ਨਾ, ਦੇਖੋ ਜੇ ਕੋਈ ਚਲੇ ਜਾਏ ਤਾਂ ਉਹਨਾਂ 'ਚ ਮਾਰੀਆਂ, ਜੇਕਰ ਬਾਈ ਜਾਨ ਫਿਰਦੇ ਹੁੰਦੇ ਵਿਹੜੇ 'ਚ ਤਾਂ ਕਿਸੇ ਨੂੰ ਵੀ ਮਾਰ ਸਕਦੇ, ਇਹਨਾਂ ਨੂੰ ਮਾਰ ਸਕਦੇ, ਦਰਵਾਜ਼ਾ ਖੋਲ੍ਹਣ ਚਲ ਜਾਂਦਾ ਅਤੇ ਉਹਨੂੰ ਵੀ ਮਾਰ ਸਕਦੇ। ਗੇਟ ਗੂਟ ਖੜਕਾਇਆ? ਹਾਂਜੀ, ਖੜਕਾਇਆ, ਪਰ ਅਸੀਂ ਨਹੀਂ ਉੱਠੇ ਉਦੋਂ, ਅਸੀਂ ਸੋਚਿਆ ਸ਼ਾਇਦ ਕੋਈ ਕੁੱਤਾ ਬਿੱਲੀ ਖੜਕਾਉਂਦਾ ਹੋ ਜੇ ਕਿੱਦਾਂ, ਉਹਨਾਂ ਵਾਜ਼ਾਂ ਵੀ ਆਈਆਂ ਵੈਸੇ, ਵੀ ਅਸੀਂ ਡਰਦੇ ਹੀ ਨਹੀਂ ਉੱਠੇ, ਸਹੀ ਗੱਲ, ਆਵਾਜ਼ ਮਾਰੀ ਹੈ ਵੀ ਦਰਵਾਜ਼ਾ ਖੋਲੋ। ਹਾਂਜੀ, ਆਵਾਜ਼ਾਂ ਆਈਆਂ, ਖੜਕਾਇਆ, ਆਵਾਜ਼ਾਂ ਆਈਆਂ, ਆਵਾਜ਼ ਮਾਰੀ ਕਿ ਦਰਵਾਜ਼ੇ ਗੇਟ ਦੀ ਆਵਾਜ਼ ਖੜਕਾਇਆ, ਤੇ ਆਵਾਜ਼ ਆਈ ਵੀ ਜਿਵੇਂ ਕੋਈ ਗੇਟ ਖੜਕਾ ਰਿਹਾ ਵਾ,
ਵੀ ਕਹਿਣ ਤਾਂ ਅਸੀਂ ਨਹੀਂ ਉੱਠੇ ਅਸੀਂ ਕਿਹਾ ਵੀ ਪਤਾ ਨਹੀਂ ਕਿਉਂਕਿ ਉਹਨਾਂ ਕੈਮਰਾ ਪਹਿਲਾਂ ਤੋੜ ਦਿੱਤਾ ਸੀ ਅਤੇ ਸਾਨੂੰ ਪਛਾਣ ਨਹੀਂ ਸੀ ਅਸੀਂ ਜਿੰਨਾ ਚਿਰ ਵੇਖੀਏ ਉਹਨਾਂ ਚਿਰ ਦਰਵਾਜ਼ਾ ਨਹੀਂ ਖੋਲ੍ਹਦੇ ਅਤੇ ਸਾਨੂੰ ਪਛਾਣ ਨਹੀਂ ਸੀ ਵੀ ਕੌਣ ਆ ਬਾਹਰ ਕੌਣ ਖੜਕਾਉਂਦਾ ਅਤੇ ਅਸੀਂ ਉੱਠੇ ਨਹੀਂ ਅਤੇ ਜੇ ਹੋ ਸਕਦਾ ਖੋਲ੍ਹਦੇ ਤਾਂ ਸਾਨੂੰ ਵੀ ਗੋਲੀਆਂ ਮਾਰ ਸਕਦੇ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮੈਂ ਤੁਹਾਨੂੰ ਦਿਖਾ ਦਿੰਦਾ ਨਾਲ ਨਾਲ ਸੀ ਸੀ ਟੀ ਵੀ ਦਿਖਾ ਦਿੰਦਾ ਕਿ ਕਿਵੇਂ ਇੱਕ ਸ਼ਖਸ ਆਉਂਦਾ ਹੈ ਮੂੰਹ 'ਤੇ ਨਕਾਬ ਪਾਇਆ ਹੋਇਆ ਉਹਨੇ ਬੰਨਿਆ ਹੋਇਆ ਮੂੰਹ ਨੂੰ ਔਰ ਉਹ ਤਸਵੀਰਾਂ ਦੇ ਵਿੱਚ ਕੈਮਰੇ ਨੂੰ ਤੋੜਦਾ ਹੈ ਕਿਉਂਕਿ ਇਹਨਾਂ ਨੇ ਕੈਮਰਾ ਬਿਲਕੁਲ ਗੇਟ ਦੇ ਸਾਹਮਣੇ ਲਗਾਇਆ ਕਿ ਕੋਈ ਵੀ ਆ ਕੇ ਗੇਟ ਖੜਕਾਵੇ ਤਾਂ ਉਹ ਅੰਦਰੋਂ ਦੇਖ ਸਕਦੇ ਨੇ ਕੈਮਰੇ ਨੂੰ ਵੀ ਕੌਣ ਆਇਆ ਬਾਹਰ ਉਸ ਤੋਂ ਬਾਅਦ ਹੀ ਇਹ ਦਰਵਾਜ਼ਾ ਖੋਲ੍ਹਦੇ ਨੇ ਪਰ ਜਦੋਂ ਕੈਮਰਾ ਤੋੜ ਦਿੱਤਾ ਗਿਆ ਉੱਥੇ ਕੋਈ ਦਿਖਿਆ ਨਹੀਂ ਤਾਂ ਇਹਨਾਂ ਨੂੰ ਦਰਵਾਜ਼ਾ ਆਵਾਜ਼ ਆਉਣ ਦੇ ਬਾਵਜੂਦ ਵੀ ਜਿਵੇਂ ਪਰਿਵਾਰ ਨੇ ਦੱਸਿਆ ਕਿ ਇਹਨਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਫਿਲਹਾਲ ਪਰਿਵਾਰ ਦੀ ਮੰਗ ਹੈ ਕਿ ਪੁਲਿਸ ਜਿਹੜੀ ਆ ਉਹ ਕਾਰਵਾਈ ਕਰੇ ਅਤੇ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹਦਾ ਯਕੀਨੀ ਬਣਾਈ ਜਾਵੇ ਤਾਂ ਜੋ ਅੱਗੇ ਹੋਣ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਘਟਨਾ ਨਾ ਵਾਪਰ ਸਕੇ ਹੁਣ ਚੱਲਦੇ ਹਾਂ ਪੁਲਿਸ ਤੋਂ ਪੁੱਛਦੇ ਹਾਂ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰ ਰਹੀ ਹੈ ਸੋ ਮਾਮਲੇ ਦੀ ਜਾਂਚ ਕਰਨ ਵਾਸਤੇ ਅਤੇ ਪੁੱਛਗਿੱਛ ਵਾਸਤੇ ਅਸੀਂ ਚੌਂਕੀ ਪੁਲਿਸ ਚੌਂਕੀ ਸੇਖੂਪੁਰ ਕਲਾਂ ਪਹੁੰਚੇ ਸੀਗੇ ਜਿਹੜੀ ਕਿ ਥਾਣਾ ਸਦਰ ਬਟਾਲਾ ਦੇ ਅਧੀਨ ਆਉਂਦੀ ਹੈ ਤਾਂ ਜਿਹੜੇ ਇੱਥੋਂ ਦੇ ਇੰਚਾਰਜ ਨੇ ਬਲਦੇਵ ਰਾਜ ਜੀ ਉਹਨਾਂ ਨਾਲ ਗੱਲਬਾਤ ਹੋਈ ਸੀ ਫੋਨ 'ਤੇ ਕਹਿੰਦੇ ਸੀਗੇ ਵੀ ਥੋੜ੍ਹੀ ਦੇਰ 'ਤੇ ਆ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਪਰ ਹੁਣ ਦੁਬਾਰਾ ਉਹਨਾਂ ਨਾਲ ਜਦੋਂ ਗੱਲ ਹੋਈ ਹੈ ਤਾਂ ਉਹਨਾਂ ਨੇ ਕੀ ਕਿਹਾ ਇਹ ਤੁਹਾਨੂੰ ਪਹਿਲੇ ਸੁਣਾ ਦਿੰਦੇ ਹਾਂ ਮੇਰੇ ਕੋਲ ਨਾ ਟਾਈਮ ਨਹੀਂ ਜੇ ਲੱਗਣਾ ਅੱਛਾ ਜੀ ਮੈਂ ਗਾਂ ਦੀ ਗਾਂ ਚੱਲ ਗਿਆ ਕੈਮਰੇ ਚੈੱਕ ਕਰਨ ਗਏ ਅੱਛਾ ਤੇ ਮੈਂ ਤੋਂ ਪੁਰੀਆਂ ਵਾਲੇ ਮਾਮਲੇ 'ਚ ਤੁਹਾਡੇ ਨਾਲ ਕੋਈ ਪੁੱਛਗਿੱਛ ਕਰਨੀ ਭਾਣੀ ਜੀ ਤੇ ਓਏ ਪੁਰੀਆਂ ਦੇ ਦੇ ਅਸੀਂ ਮਹਾਰਾਜ ਛਾਨਬੀਨ ਕਰਨ ਪਹਿਲਾਂ ਕਲੀਅਰ ਤੇ ਕਰੀਏ ਕਿਦੋਂ ਕਿੱਧਰ ਆਇਆ ਬੰਦਾ ਕਿਦੋਂ ਕੀ ਕਰ ਗਿਆ ਵਾ ਹਾਂਜੀ ਕੋਈ ਕਲੀਅਰ ਤੇ ਹੈ ਨਹੀਂਗਾ ਅੱਛਾ ਜੀ ਆਹੋ ਨਹੀਂ ਇਹਦੇ 'ਚ ਜੇ ਇਹਨਾਂ ਦੀ ਕੋਈ ਘਰ ਵਾਲਿਆਂ ਦੀ ਜਾਤੀ ਦੁਸ਼ਮਣੀ ਕੋਈ ਨਹੀਂ ਅੱਛਾ ਜੀ ਇਹ ਕਹਿੰਦੇ ਸਾਡੀ ਜਾਤੀ ਦੁਸ਼ਮਣੀ ਕੋਈ ਨਹੀਂ ਹੈਗੀ ਅੱਛਾ ਜੀ ਤੁਸੀਂ ਮਾੜਾ ਜਿਹਾ ਦੱਸ ਦਿੰਦੇ ਕਿ ਦੁਕਾਨ ਆਏ ਖੋਲ ਮਿਲੇ ਨੇ ਉੱਥੋਂ ਪਹਿਲਾਂ ਖੋਲ ਕਹਿੰਦੇ ਦੋ ਮਿਲੇ ਨੇ ਉੱਥੋਂ ਨਾ ਨਹੀਂ ਅਜੇ ਕੋਈ ਨਹੀਂ ਤਫਤੀਸ਼ ਚੱਲ ਰਹੀ ਹੈ ਅਜੇ ਮਤਲਬ ਕਿ ਨਾ ਤੇ ਉਹਨਾਂ ਦਾ ਪਤਾ ਲੱਗਣ ਡਿਆ ਕਾਹਦੇ ਨੇ ਕਾਹਦੇ ਨਹੀਂ ਸਿੱਕੇ ਜਿਹੇ ਹੀ ਆ ਮਾੜੇ ਮਾੜੇ ਅੱਛਾ ਜੀ ਮਤਲਬ ਗੋਲੀ ਦੀ ਖੋਲ ਇਹ ਨਹੀਂ ਸੀ ਪੁੱਛਿਆ ਸੀ ਕਹਿੰਦੇ ਪਿਛਲੇ ਖੋਲ ਹੋਣ ਤਾਂ ਪਤਾ ਲੱਗ ਸਕਦਾ ਅੱਛਾ ਜੀ ਹਾਂ ਜਲੰਧਰ ਐਕਸਪਰਟ ਨੂੰ ਪਤਾ ਕਰਾਇਆ ਅੱਛਾ ਹਾਂਜੀ ਇਸ ਕਰਕੇ ਅਸੀਂ ਗਏ ਹਾਂ ਤਫਤੀਸ਼ ਕਰਨ ਵਾਲੇ ਤਬਦੀਲੀ ਚੱਲਦੀ ਆ ਪਹਿਲਾਂ ਵੀ ਇੱਧਰ ਬਦੂਮਾਨ ਚੱਲੀ ਤੇ ਉਹਦੇ ਸੰਬੰਧ ਚ ਪੱਠਾ ਜਵਾਹ ਰੱਡੀ ਤੇ ਇਹੋ ਕੁੱਤਾ ਬੰਦਾ ਇੱਧਰ ਕੋਈ ਐਵੇਂ ਡੈਥ ਦੀ ਪਾਣ ਡਿਆ ਅਮਲੀ ਬੰਦਾ ਕੈਬ ਅੱਛਾ ਜੀ ਇੱਕ ਉਹ ਸੀਸੀਟੀਵੀ ਕੈਮਰੇ ਸਾਹਮਣੇ ਆਇਆ ਕਿ ਸੀਸੀਟੀਵੀ ਕੈਮਰੇ ਲੱਗੇ ਆ ਫੜਨ ਮਗਰ ਅੱਛਾ ਜੀ ਜਦੋਂ ਫੜਾ ਹੁਣ ਮੈਂ ਮਜੀਠੇ ਜ਼ਿਲ੍ਹੇ 'ਚ ਆਵਲੇ ਪਹੁੰਚ ਗਿਆ ਅੱਛਾ ਜੀ ਬਾਤ ਨਹੀਂ ਮਜੀਠੇ ਜ਼ਿਲ੍ਹੇ 'ਚ ਅੱਛਾ ਤੇ ਇੱਕ ਸੀਸੀਟੀਵੀ ਦੀ ਉਹ ਫੁਟੇਜ ਦਿਖਾਣ ਦੇ ਵੀ ਸੀਸੀਟੀਵੀ ਚੈੱਕ ਕਰਦੇ 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 ਉੱਥੇ ਗਏ ਅੱਜ ਐਤਵਾਰ ਹੀ ਮੈਂ ਅੱਜ ਸਾਰੀਆਂ ਚੈੱਕ ਕਰ ਲਈ ਘਰ ਮਿਲ ਪੈਂਦੇ ਲੋਕ ਅੱਛਾ ਜੀ ਤੇ ਮਤਲਬ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਊਗੀ ਇਹੀ ਕਹੀ ਹੈ ਆਪਾਂ ਕਹਿ ਦਈਏ ਵੀ ਪੂਰੀ ਜਾਂਚ ਤੋਂ ਬਾਅਦ ਆਰਡੀ ਇਹਦੇ ਸਬੰਧ ਚ ਪਹਿਲਾਂ ਹੀ ਮੁਕਦਮਾ ਦਰਜ ਹੋ ਇਹ ਇਸੇ ਮਾਮਲੇ 'ਚ ਮਤਲਬ ਵੀ ਮਾਮਲਾ ਦਰਜ ਪਹਿਲਾਂ ਹੀ ਆਲਰੇਡੀ ਹੈ ਕਿਸੇ ਹੋਰ ਅਣਪਛਾਤੇ ਦੇ ਤੇ ਰਿਕਾਰਡਿੰਗ ਚਾਹੀਏ ਤੇ ਠੀਕ ਹੈ ਐਸਐਸਪੀ ਜੀ ਕੋਲ ਹਦਾਇਤ ਆ ਜੇ ਕਹਿੰਦਾ ਟੇਸ ਕਰੋ ਪਹਿਲਾਂ ਅੱਛਾ ਤੇ ਇਹ ਮਤਲਬ ਤੁਹਾਡੇ ਹਿਸਾਬ ਨਾਲ ਵੀ ਇਹੀ ਹੈ ਵੀ ਉਹੋ ਹੀ ਬੰਦਾ ਵਾ ਜਿਹੜਾ ਪਹਿਲੇ ਮਤਲਬ ਵੀ ਦਹਿਸ਼ਤ ਫੈਲਾਉਣ ਦੇ ਉਹੀ ਹੋਣੇ ਨੇ ਪਰ ਐਵੇਂ ਇੱਧਰ ਵੇਖੋ ਜੇ ਕਿਸੇ ਨੂੰ ਮਾਰਨ ਦੀ ਨੀਅਤ ਨਾਲ ਆਇਆ ਹੋਏ ਹਾਂਜੀ ਤੇ ਮਾਰ ਹੀ ਜਾਂਦੇ ਨੇ ਹਾਂਜੀ ਜੀ ਇਹ ਬਾਹਰੋਂ ਬਾਹਰ ਹੀ ਕਰਕੇ ਤੇ ਗਾਂਹ ਦਹਿਸ਼ਤ ਦੀ ਪਾ ਕੇ ਸ਼ਰਾਬੀ ਬੰਦਾ ਅੱਛਾ ਜੀ ਹਾਂਜੀ ਤੇ ਆਹੀ ਹੈ ਬਸ ਗੱਲ ਕੋਈ ਏਡੀ ਹਜੇ ਸਾਹਮਣੇ ਨਹੀਂ ਆਇਆ ਮਤਲਬ ਜਿਹੜੇ ਖੋਲ ਦੱਸਦੇ ਨੇ ਘਰ ਵਾਲੇ ਉਹ ਖੋਲ ਅਜੇ ਤੁਹਾਨੂੰ ਵੈਰੀਫਾਈ ਨਹੀਂ ਹੈ ਵੀ ਖੋਲ ਯਾਰ ਖੋਲ ਹੁੰਦੇ ਤੇ ਵੀ ਸਾਨੂੰ ਪਤਾ ਲੱਗ ਜਾਣਾ ਕਿਹੜੇ ਕਿਹੜੇ ਕਾਹਦੇ ਨਾਲ ਚੱਲੇ ਨੇ ਅੱਛਾ ਜੀ ਖੋਲ ਥੋੜਾ ਕਹਿ ਸਕਦੇ ਉਹਨਾਂ ਨੂੰ ਅੱਛਾ ਜੀ ਉਹ ਅਗਲਾ ਸਿੱਕਾ ਹੁੰਦਾ ਜਿਹੜਾ ਮਾੜਾ ਜਿਹਾ ਉਹ ਜਾਂਚ ਚੱਲ ਰਹੀ ਹੈ ਠੀਕ ਹੈ ਜੋ ਵੀ ਤੱਤ ਸਾਹਮਣੇ ਆਉਣਗੇ ਅਸਲ ਦੋਸ਼ੀ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਸੋ ਤੁਸੀਂ ਦੇਖਿਆ ਕਿ ਉਹਨਾਂ ਨੇ ਜਿਹੜੇ ਬਲਦੇਵ ਰਾਜ ਇੰਚਾਰਜ ਨੇ ਚੌਂਕੀ ਇੰਚਾਰਜ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਦੇ ਵਿੱਚ ਉਹ ਕਈ ਤਰ੍ਹਾਂ ਦੀਆਂ ਜਿਹੜੀ ਸੀ ਸੀ ਟੀ ਵੀ ਫੁਟੇਜ ਹੈ ਉਹ ਖੰਗਾਲ ਰਹੇ ਨੇ ਉਸ ਮਾਮਲੇ ਦੇ ਵਿੱਚ ਪਹਿਲਾਂ ਵੀ ਉਹਨਾਂ ਨੇ ਮਾਮਲਾ ਇੱਕ ਦਰਜ ਕੀਤਾ ਹੈ ਕਿਸੇ ਅਣਪਛਾਤੇ ਵਿਅਕਤੀ 'ਤੇ ਜੋ ਇਸ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾਉਣਾ ਚਾਹੁੰਦਾ ਹੈ ਗੋਲੀਆਂ ਚਲਾ ਕੇ ਪਹਿਲਾਂ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਸਤਰਕ ਹੋ ਚੁੱਕੀ ਹੈ ਅਤੇ ਪੁਲਿਸ ਇਸ ਮਾਮਲੇ ਦੇ ਵਿੱਚ ਸੀ ਸੀ ਟੀ ਵੀ ਖੰਗਾਲ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਾਰੇ ਮਾਮਲੇ ਤੋਂ ਪਰਦਾਫਾਸ਼ ਕਰਨ ਦੀ ਜਿਹੜੀ ਆ ਉਹ ਗੱਲ ਕਹੀ ਜਾ ਰਹੀ ਹੈ ਫਿਲਹਾਲ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਸ ਮਾਮਲੇ ਦੇ ਵਿੱਚ ਕੋਈ ਸਖਤ ਐਕਸ਼ਨ ਲੈਂਦੀ ਹੈ ਤਾਂ ਜੋ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਆ ਜਿਹੜੀ ਹੈ ਉਹ ਯਕੀਨੀ ਹੋ ਸਕੇ ਕੈਮਰਾਮੈਨ ਅਸ਼ਵਨੀ ਦੇ ਨਾਲ ਬਿਕਰਮ ਗਿੱਲ ਖਬਰ ਹਰਪਲ ਇੰਡੀਆ ਅੰਮ੍ਰਿਤਸਰ